ਸਮਾਣਾ ਤੋਂ ਕੈਥਲ, ਪਟਿਆਲਾ ਤੋਂ ਕੈਥਲ ਜਾਣ ਵਾਲੀ ਸੜਕ 'ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਫਿਰ ਜਿਹੜਾ ਘੱਗਰ ਦਾ ਪੁਲ ਹੈ ਉੱਥੇ ਟ੍ਰੈਫਿਕ ਬੰਦ ਕਰ ਦਿੱਤਾ ਗਿਆ। ਹਰਿਆਣਾ ਤੋਂ ਪੰਜਾਬ ਜਾਣ ਵਾਲੇ ਲੋਕ ਕਿਸ ਤਰ੍ਹਾਂ ਪਰੇਸ਼ਾਨ ਹੋ ਰਹੇ ਹੈ, ਔਰ ਇਸ ਤਰ੍ਹਾਂ ਪੰਜਾਬ ਤੋਂ ਹਰਿਆਣੇ ਦੇ ਵਿੱਚ ਆਉਣ ਵਾਲੇ ਲੋਕ ਉਹਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਪੁਲਿਸ ਨੂੰ ਤੈਨਾਤ ਕਰਦਾ, ਹਰਿਆਣਾ ਪੁਲਿਸ ਇੱਥੇ ਬੋਰਡਰ 'ਤੇ, ਹਰਿਆਣਾ ਬੋਰਡਰ 'ਤੇ ਤੈਨਾਤ ਕਰ ਦਿੱਤੀ ਗਈ ਹੈ, ਲੇਕਿਨ ਅਜੇ ਕਾਰਨਾਂ ਦਾ ਪਤਾ ਨਹੀਂ ਵੀ ਕਿਨ ਕਾਰਨਾਂ ਕਰਕੇ ਫਿਰ ਇੱਕ ਘੱਗਰ ਦੇ ਪੁਲ 'ਤੇ ਆਵਾਜਾਈ ਬੰਦ ਕੀਤੀ ਗਈ ਹੈ, ਲੇਕਿਨ ਲੋਕਾਂ ਨੂੰ ਇਸ ਦੇ ਨਾਲ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਕੀ ਕਾਰਨ ਹੈ? ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਪੰਜਾਬ ਦੇ ਨਾਲ, ਸੰਭੂ ਬੋਰਡਰ ਹੈ ਪਹਿਲਾਂ ਹੀ ਬੰਦ ਹੋ ਚੁੱਕਿਆ ਹੈ, ਉੱਧਰ ਖਨੌਰੀ ਬੋਰਡਰ ਹੈ ਪਹਿਲਾਂ ਬੰਦ ਪਿਆ, ਇਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਸੰਭੂ ਦੇ ਬਾਅਦ ਹੁਣ ਇਹ ਪਿਛਲੇ 2 ਮਹੀਨੇ ਪਹਿਲਾਂ ਰਸਤਾ ਖੋਲ੍ਹ ਦਿੱਤਾ ਗਿਆ ਸੀ, ਲੇਕਿਨ ਹੁਣ ਇਸ ਰਸਤੇ ਨੂੰ ਫਿਰ ਜਿਹੜਾ ਸਮਾਣਾ ਕੈਥਲ ਪਟਿਆਲਾ ਰੋਡ ਹੈ ਇਸ 'ਤੇ ਆਵਾਜਾਈ ਹਰਿਆਣਾ ਪ੍ਰਸ਼ਾਸਨ ਵੱਲੋਂ ਬੜੇ ਬੜੇ ਮਿੱਟੀ ਕੇ ਜੇ ਲਾ ਕੇ ਟਰਾਲੀਆਂ ਬੰਦ ਕਰ ਦਿੱਤਾ ਗਿਆ, ਜਿਹਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਤੁਸੀਂ ਦੇਖ ਰਹੇ ਹੋ ਹਰਿਆਣਾ ਜਵਾਨ, ਹਰਿਆਣਾ ਪੁਲਿਸ ਦੇ ਜਵਾਨ ਇੱਥੇ ਤੈਨਾਤ ਕਰ ਦਿੱਤੇ ਗਏ, ਜਿਸ ਤਰ੍ਹਾਂ ਪਹਿਲਾਂ ਤੈਨਾਤ ਕੀਤੇ ਗਏ ਤੇ ਉਸ ਤਰ੍ਹਾਂ ਹੀ ਪੁਲਿਸ ਦੇ ਜਵਾਨ ਤੈਨਾਤ ਹੈ। ਔਰ ਇਹ ਰਸਤਾ ਸਿਰਫ ਫਿਲਹਾਲ ਤੋਂ ਮੋਟਰਸਾਈਕਲਾਂ ਰਾਹੀਂ ਲੋਕ ਪਰੇਸ਼ਾਨੀ ਕੋਈ ਪੁਲ 'ਤੇ ਲੰਘ ਰਿਹਾ, ਲੇਕਿਨ ਕੋਈ ਵੱਡੀ ਬੱਸ ਜਾਂ ਕਾਰ ਇਸ ਰਸਤੇ ਤੋਂ ਨਹੀਂ ਨਿਕਲ ਸਕਦੀ। ਕੀ ਕਾਰਨ ਹੈ? ਅਜੇ ਇਸ ਬਾਰੇ ਕੋਈ ਪੁਲਿਸ ਅਧਿਕਾਰੀ ਵੀ ਇਸ ਬਾਰੇ ਜਾਣਕਾਰੀ ਨਹੀਂ ਦੇ ਰਹੇ, ਲੇਕਿਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਕਿਸ ਕਾਰਨ ਕਰਕੇ ਕਿਸਾਨਾਂ ਦਾ ਅੰਦੋਲਨ ਹੈ, ਕੀ ਕਾਰਨ ਹੈ ਵੀ ਇਸ ਰਸਤੇ ਨੂੰ ਫਿਰ ਬੰਦ ਕੀਤਾ ਗਿਆ? ਇਸ ਦੇ ਨਾਲ ਪੰਜਾਬ ਹਰਿਆਣੇ ਨਾਲ ਬਿਲਕੁਲ ਕੱਟ ਗਿਆ, ਲੋਕਾਂ ਨੂੰ ਮੁਸ਼ਕਲ ਆ ਰਹੀ ਹੈ। ਕਿਸਾਨਾਂ ਦਾ ਅੰਦੋਲਨ ਕੀ ਰੂਪ ਲੈਂਦਾ ਆਉਣ ਵਾਲੇ ਸਮੇਂ 'ਚ, ਇਸ ਸਮੇਂ ਦੱਸੇਗਾ, ਲੇਕਿਨ ਇਹ ਰਸਤੇ ਜਿਹੜੇ ਪੰਜਾਬ ਦੇ ਨਾਲ ਦਿੱਲੀ ਜਾਣ ਵਾਲੇ ਰਸਤੇ ਹੈ, ਇਹ ਸਾਰੇ ਰਸਤੇ ਬੰਦ ਹੋਣ ਨਾਲ ਲੋਕ ਪਰੇਸ਼ਾਨ ਹੈ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ। ਨਹੀਂ, ਇਹ ਸਮਝ ਨਹੀਂ ਆਉਂਦੀ ਸਰਕਾਰ ਚਾਹੁੰਦੀ ਕੀ ਹੈ, ਇੰਨਾ ਮਤਲਬ ਲੋਕਾਂ ਨੂੰ ਪਰੇਸ਼ਾਨੀ ਆ ਨਾ, ਅੱਜ ਤੋਂ ਸਰਕਾਰ ਬਿਨਾਂ ਗੱਲ ਤੋਂ ਪਰੇਸ਼ਾਨ ਕਰ ਰਹੀ। ਇੱਥੇ ਨੂੰ ਜਦਕਿ ਕੋਈ ਕਿਸਾਨ ਨਹੀਂ ਆਇਆ, ਕੋਈ ਕੁਛ ਨਹੀਂ ਹੋਇਆ, ਇੰਨੇ 1.5 ਮਹੀਨਾ ਪਹਿਲਾਂ ਬੰਦ ਰੱਖਿਆ, ਹੁਣ ਫਿਰ ਇਹਨਾਂ ਨੇ ਬਿਨਾਂ ਵਜ੍ਹਾ ਤੋਂ ਬਿਨਾਂ ਕਾਰਨ ਦਵਾਈ, ਮਤਲਬ ਪਬਲਿਕ ਦੀ ਇੰਨੀ ਪਰੇਸ਼ਾਨੀ, ਹਰਾਸਮੈਂਟ, ਨੁਕਸਾਨ ਸਰਕਾਰ ਦਾ ਜਿਹੜਾ ਨੁਕਸਾਨ ਕਰਦੇ, ਚੱਜ ਦੀ ਥਾਂ 'ਤੇ ਸਰਕਾਰ ਪੈਸਾ ਮੈਂ ਕਹਿੰਦਾ ਪੂਰੀ ਤਰ੍ਹਾਂ ਸਰਕਾਰ ਦਾ ਕੋਈ ਧਿਆਨ ਨਹੀਂ, ਬਹੁਤ ਬੁਰਾ ਹਾਲ ਕਰਤਾ ਸਰਕਾਰ ਨੇ, ਬਹੁਤ ਜ਼ਿਆਦਾ ਬੁਰਾ ਹਾਲ ਕਰਤਾ ਹਰਿਆਣਾ ਸਰਕਾਰ, ਜਿੰਨਾ ਮੈਂ ਕਹਿੰਦਾ ਇੰਨਾ ਬੁਰਾ ਹਾਲ ਬਣਾ ਰਹੀ ਹੈ ਨਾ ਲੋਕਾਂ ਦਾ, ਪੁੱਛੋ। ਸਮਾਣਾ ਤੋਂ ਕੈਥਲ, ਪਟਿਆਲਾ ਤੋਂ ਕੈਥਲ ਜਾਣ ਵਾਲੀ ਸੜਕ 'ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਫਿਰ ਜਿਹੜਾ ਘੱਗਰ ਦਾ ਪੁਲ ਹੈ ਉੱਥੇ ਟ੍ਰੈਫਿਕ ਬੰਦ ਕਰ ਦਿੱਤਾ ਗਿਆ। ਹਰਿਆਣਾ ਤੋਂ ਪੰਜਾਬ ਜਾਣ ਵਾਲੇ ਲੋਕ ਕਿਸ ਤਰ੍ਹਾਂ ਪਰੇਸ਼ਾਨ ਹੋ ਰਹੇ ਹੈ, ਔਰ ਇਸ ਤਰ੍ਹਾਂ ਪੰਜਾਬ ਤੋਂ ਹਰਿਆਣੇ ਦੇ ਵਿੱਚ ਆਉਣ ਵਾਲੇ ਲੋਕ ਉਹਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਪੁਲਿਸ ਨੂੰ ਤੈਨਾਤ ਕਰਦਾ, ਹਰਿਆਣਾ ਪੁਲਿਸ ਇੱਥੇ ਬੋਰਡਰ 'ਤੇ, ਹਰਿਆਣਾ ਬੋਰਡਰ 'ਤੇ ਤੈਨਾਤ ਕਰ ਦਿੱਤੀ ਗਈ ਹੈ, ਲੇਕਿਨ ਅਜੇ ਕਾਰਨਾਂ ਦਾ ਪਤਾ ਨਹੀਂ ਵੀ ਕਿਨ ਕਾਰਨਾਂ ਕਰਕੇ ਫਿਰ ਇੱਕ ਘੱਗਰ ਦੇ ਪੁਲ 'ਤੇ ਆਵਾਜਾਈ ਬੰਦ ਕੀਤੀ ਗਈ ਹੈ, ਲੇਕਿਨ ਲੋਕਾਂ ਨੂੰ ਇਸ ਦੇ ਨਾਲ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਕੀ ਕਾਰਨ ਹੈ? ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਪੰਜਾਬ ਦੇ ਨਾਲ, ਸੰਭੂ ਬੋਰਡਰ ਹੈ ਪਹਿਲਾਂ ਹੀ ਬੰਦ ਹੋ ਚੁੱਕਿਆ ਹੈ, ਉੱਧਰ ਖਨੌਰੀ ਬੋਰਡਰ ਹੈ ਪਹਿਲਾਂ ਬੰਦ ਪਿਆ, ਇਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਸੰਭੂ ਦੇ ਬਾਅਦ ਹੁਣ ਇਹ ਪਿਛਲੇ 2 ਮਹੀਨੇ ਪਹਿਲਾਂ ਰਸਤਾ ਖੋਲ੍ਹ ਦਿੱਤਾ ਗਿਆ ਸੀ, ਲੇਕਿਨ ਹੁਣ ਇਸ ਰਸਤੇ ਨੂੰ ਫਿਰ ਜਿਹੜਾ ਸਮਾਣਾ ਕੈਥਲ ਪਟਿਆਲਾ ਰੋਡ ਹੈ ਇਸ 'ਤੇ ਆਵਾਜਾਈ ਹਰਿਆਣਾ ਪ੍ਰਸ਼ਾਸਨ ਵੱਲੋਂ ਬੜੇ ਬੜੇ ਮਿੱਟੀ ਕੇ ਜੇ ਲਾ ਕੇ ਟਰਾਲੀਆਂ ਬੰਦ ਕਰ ਦਿੱਤਾ ਗਿਆ, ਜਿਹਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਤੁਸੀਂ ਦੇਖ ਰਹੇ ਹੋ ਹਰਿਆਣਾ ਜਵਾਨ, ਹਰਿਆਣਾ ਪੁਲਿਸ ਦੇ ਜਵਾਨ ਇੱਥੇ ਤੈਨਾਤ ਕਰ ਦਿੱਤੇ ਗਏ, ਜਿਸ ਤਰ੍ਹਾਂ ਪਹਿਲਾਂ ਤੈਨਾਤ ਕੀਤੇ ਗਏ ਤੇ ਉਸ ਤਰ੍ਹਾਂ ਹੀ ਪੁਲਿਸ ਦੇ ਜਵਾਨ ਤੈਨਾਤ ਹੈ। ਔਰ ਇਹ ਰਸਤਾ ਸਿਰਫ ਫਿਲਹਾਲ ਤੋਂ ਮੋਟਰਸਾਈਕਲਾਂ ਰਾਹੀਂ ਲੋਕ ਪਰੇਸ਼ਾਨੀ ਕੋਈ ਪੁਲ 'ਤੇ ਲੰਘ ਰਿਹਾ, ਲੇਕਿਨ ਕੋਈ ਵੱਡੀ ਬੱਸ ਜਾਂ ਕਾਰ ਇਸ ਰਸਤੇ ਤੋਂ ਨਹੀਂ ਨਿਕਲ ਸਕਦੀ। ਕੀ ਕਾਰਨ ਹੈ? ਅਜੇ ਇਸ ਬਾਰੇ ਕੋਈ ਪੁਲਿਸ ਅਧਿਕਾਰੀ ਵੀ ਇਸ ਬਾਰੇ ਜਾਣਕਾਰੀ ਨਹੀਂ ਦੇ ਰਹੇ, ਲੇਕਿਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਕਿਸ ਕਾਰਨ ਕਰਕੇ ਕਿਸਾਨਾਂ ਦਾ ਅੰਦੋਲਨ ਹੈ, ਕੀ ਕਾਰਨ ਹੈ ਵੀ ਇਸ ਰਸਤੇ ਨੂੰ ਫਿਰ ਬੰਦ ਕੀਤਾ ਗਿਆ? ਇਸ ਦੇ ਨਾਲ ਪੰਜਾਬ ਹਰਿਆਣੇ ਨਾਲ ਬਿਲਕੁਲ ਕੱਟ ਗਿਆ, ਲੋਕਾਂ ਨੂੰ ਮੁਸ਼ਕਲ ਆ ਰਹੀ ਹੈ। ਕਿਸਾਨਾਂ ਦਾ ਅੰਦੋਲਨ ਕੀ ਰੂਪ ਲੈਂਦਾ ਆਉਣ ਵਾਲੇ ਸਮੇਂ 'ਚ, ਇਸ ਸਮੇਂ ਦੱਸੇਗਾ, ਲੇਕਿਨ ਇਹ ਰਸਤੇ ਜਿਹੜੇ ਪੰਜਾਬ ਦੇ ਨਾਲ ਦਿੱਲੀ ਜਾਣ ਵਾਲੇ ਰਸਤੇ ਹੈ, ਇਹ ਸਾਰੇ ਰਸਤੇ ਬੰਦ ਹੋਣ ਨਾਲ ਲੋਕ ਪਰੇਸ਼ਾਨ ਹੈ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ।
ਨਹੀਂ ਇਹ ਸਮਝ ਨਹੀਂ ਆਉਂਦੀ ਸਰਕਾਰ ਚਾਹੁੰਦੀ ਕੀ ਹੈ ਇੰਨਾ ਮਤਲਬ ਲੋਕਾਂ ਨੂੰ ਪਰੇਸ਼ਾਨੀ ਆ ਹੱਦ ਤੋਂ ਸਰਕਾਰ ਬਿਨਾਂ ਗੱਲ ਤੋਂ ਪਰੇਸ਼ਾਨ ਕਰ ਰਹੀ ਇੱਥੇ ਨੂੰ ਜਦਕਿ ਕੋਈ ਕਿਸਾਨ ਨਹੀਂ ਆਇਆ ਕੋਈ ਕੁਛ ਨਹੀਂ ਹੋਇਆ ਇੰਨੇ ਸਵਾ ਮਹੀਨਾ ਪਹਿਲਾਂ ਬੰਦ ਰੱਖਿਆ ਹੁਣ ਫਿਰ ਇਹਨਾਂ ਨੇ ਬਿਨਾਂ ਵਜ੍ਹਾ ਤੋਂ ਬਿਨਾਂ ਕਾਰਨ ਦਵਾਈ ਮਤਲਬ ਪਬਲਿਕ ਦੀ ਇੰਨੀ ਪਰੇਸ਼ਾਨੀ ਹਰਾਸਮੈਂਟ ਨੁਕਸਾਨ ਸਰਕਾਰ ਦਾ ਜਿਹੜਾ ਨੁਕਸਾਨ ਕਰਦੇ ਚੱਜ ਦੀ ਥਾਂ ਤੇ ਸਰਕਾਰ ਪੈਸਾ ਮੈਂ ਕਹਿੰਦਾ ਪੂਰੀ ਤਰ੍ਹਾਂ ਸਰਕਾਰ ਦਾ ਕੋਈ ਧਿਆਨ ਨਹੀਂ ਬਹੁਤ ਬੁਰਾ ਹਾਲ ਕਰਤਾ ਸਰਕਾਰ ਨੇ ਬਹੁਤ ਜ਼ਿਆਦਾ ਬੁਰਾ ਹਾਲ ਕਰਤਾ ਹਰਿਆਣਾ ਸਰਕਾਰ ਜਿੰਨਾ ਮੈਂ ਕਹਿੰਦਾ ਇੰਨਾ ਬੁਰਾ ਹਾਲ ਬਣਾ ਰਹੀ ਹੈ ਨਾ ਲੋਕਾਂ ਦਾ ਪੁੱਛੋ।